ਆਮ ਆਦਮੀ ਪਾਰਟੀ ਤੋਂ ਸੰਗਰੂਰ ਦੇ MP ਯਾਨੀ ਕਿ ਭਗਵੰਤ ਮਾਨ ਜੋ ਜਾਣੇ ਮਾਨੇ ਕਾਮੇਡੀਅਨ ਦੇ ਨਾਲ ਨਾਲ ਇੱਕ ਵੈਲ ਨੋਨ ਪੋਲੀਟੀਸ਼ੀਅਨ ਵੀ ਨੇ। ਵੈਸੇ ਤਾਂ ਭਗਵੰਤ ਮਾਨ ਨੇ ਪੰਜਾਬੀ ਸਿਨੇਮਾ ਤੋਂ ਕਾਫੀ ਦੂਰੀ ਬਣਾਈ ਹੋਈ ਹੈ, ਕਾਫੀ ਲੋਕ ਉਹਨਾਂ ਦੀ ਐਕਟਿੰਗ ਨੂੰ ਮਿਸ ਵੀ ਕਰਦੇ ਨੇ ਅਤੇ ਹਾਲ ਹੀ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਗਵੰਤ ਮਾਨ ਨੂੰ ਅੱਜ ਵੀ ਪੰਜਾਬੀ ਸਿਨੇਮਾ ਪਸੰਦ ਹੈ, ਉਹ ਪੰਜਾਬੀ ਫਿਲਮਾਂ ਵੀ ਦੇਖਦੇ ਨੇ। ਔਰ ਇਸ ਗੱਲ ਦਾ ਇਸ਼ਾਰਾ ਉਹਨਾਂ ਦੇ ਫੇਸਬੁੱਕ ਅਕਾਊਂਟ ਤੋਂ ਹੋਇਆ, ਜਿੱਥੇ ਉਹਨਾਂ ਨੇ ਇੱਕ ਫੋਟੋ ਅਪਲੋਡ ਕੀਤੀ ਹੈ ਹਾਲ ਹੀ ਦੇ ਵਿੱਚ ਪੰਜਾਬੀ ਫਿਲਮ ਜੋ ਰਿਲੀਜ਼ ਹੋਈ ਹੈ ਜਿਸ ਦਾ ਟਾਈਟਲ ਹੈ ਆਟੇ ਦੀ ਚਿੜੀ। ਇਸ ਫੋਟੋ ਨੂੰ ਅਪਲੋਡ ਕਰਦੇ ਹੋਏ ਭਗਵੰਤ ਮਾਨ ਨੇ ਲਿਖਿਆ, ਪੰਜਾਬੀ ਮਾਂ ਬੋਲੀ ਤੇ ਪੰਜਾਬ ਦੇ ਧੀਆਂ ਪੁੱਤ ਕਿੰਨਾ ਦੂਰ ਹੋ ਗਏ। ਪੰਜਾਬੀ ਫਿਲਮ ਆਟੇ ਦੀ ਚਿੜੀ ਦੇਖੀ? ਤੁਸੀਂ ਜ਼ਰੂਰ ਦੇਖਿਓ, ਬਾਕੀ ਫਿਲਮ ਦੇਖ ਕੇ ਪਤਾ ਲੱਗੂਗਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਕਲਾਕਾਰਾਂ ਤੇ ਪ੍ਰੋਡਿਊਸਰ ਨੂੰ ਵਧਾਈ, ਯਾਨੀ ਕਿ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਦੇ ਨਾਲ ਨਾਲ ਬਾਕੀ ਫਿਲਮ ਦੀ ਟੀਮ ਨੂੰ ਵਧਾਈ ਦਿੱਤੀ ਗਈ ਹੈ ਭਗਵੰਤ ਮਾਨ ਦੇ ਵੱਲੋਂ। ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜੇਕਰ ਪੰਜਾਬੀ ਸਿਨੇਮਾ ਨੂੰ ਫੋਲੋ ਕਰ ਰਹੇ ਨੇ, ਪੰਜਾਬੀ ਫਿਲਮਾਂ ਨੂੰ ਦੇਖ ਰਹੇ ਨੇ ਭਗਵੰਤ ਮਾਨ, ਤਾਂ ਉਹ ਬਾਲੀਵੁੱਡ ਦੇ ਵਿੱਚ ਵਾਪਸੀ ਕਦ ਕਰਨਗੇ।